ਹਾਂਜੀ ਅ ਅੱਜ ਅਸੀਂ ਨਾ ਸਟੱਡੀ ਕਰਾਂਗੇ ਦਾਰੇ ਪ੍ਰੈਚਡੈਂਸਾ ਠੀਕ ਹੈ ਦਾਰੇ ਪ੍ਰੈਚਡੈਂਸਾ ਮਤਲਬ ਕਿ ਅਸੀਂ ਪਹਿਲ ਦੇਣੀ ਹੈ ਨਈ ਸੈਂਸੀਓਨੇਚੀ ਅਲਟਰਨਾਟਿਵ ਸੈਂਸੀਓਨੇਚੀ ਅਲਟਰਨਾਟਿਵ ਵਿੱਚ ਅਸੀਂ ਪਹਿਲ ਦੇਣੀ ਹੈ ਮਤਲਬ ਕਿ ਇੱਕ ਰੋਡ ਹੈ ਜਿਹੜਾ ਕਿ ਵਨ ਵੇ ਹੈ ਮਤਲਬ ਕਿ ਵਨ ਵੇ ਹੈ ਲੇਕਿਨ ਅਲਟਰਨੈਟਿ ਜਿਹੜਾ ਕਿ ਚੇਂਜ ਹੁੰਦਾ ਬਾਰ-ਬਾਰ ਠੀਕ ਹੈ ਜੀ ਇੱਕ ਪਾਰਟ ਹੈ ਰੋਡ ਦਾ ਜਿੱਥੇ ਕਿ ਅਸੀਂ ਪੈਲ ਦੇਣੀ ਹੈ ਆਪਾਂ ਐਗਜ਼ਾਮਪਲ ਦੇਖਣੀ ਹੈ ਦੀ ਜੀ ਹਾਂ ਜੀ ਦੇਖੋ ਜੀ ਇਹ ਫੋਟੋ ਹੈ ਜੀ ਜਿਹੜੀ ਕਿ ਸਾਨੂੰ ਨਾ ਇੰਡੀਕੇਟ ਕਰਦੀ ਹੈ ਕਿ ਇਹ ਜਿਹੜਾ ਪਾਰਟ ਹੈ ਹਨਾ ਜਿਹੜਾ ਇਹ ਵਾਲਾ ਪਾਰਟ ਹੈ ਇਹ ਵਨ ਵੇ ਹੈ ਮਤਲਬ ਕਿ ਵਨ ਵੇ ਅਲਟਰਨਟੋ ਹੈ ਅਲਟਰਨਟੋ ਦਾ ਮਤਲਬ ਹੁੰਦਾ ਹੈ ਜਿਹੜਾ ਕਿ ਕਦੀ ਜਾਣ ਵਾਲਾ ਬਣ ਜਾਏ ਕਦੀ ਆਣ ਵਾਲਾ ਠੀਕ ਹੈ ਮਤਲਬ ਇਹ ਜਿਹੜਾ ਪਾਰਟ ਹੈ ਇਹ ਵਨ ਵੇ ਹੈ ਜਾਂ ਤੇ ਗੱਡੀ ਸਿਰਫ ਜਾ ਸਕਦੀ ਹੈ ਜਾਂ ਆ ਸਕਦੀ ਹੈ ਠੀਕ ਹੈ ਸੋ ਇਹ ਜਿਹੜਾ ਸਾਈਨ ਬੋਰਡ ਹੈ ਨਾ ਇਹ ਇੰਡੀਕੇਟ ਕਰਦਾ ਵੈ ਕਿ ਅੱਗੇ ਰਾਹ ਤੰਗ ਹੈ ਤੇ ਤੰਗ ਰਾਹ ਵਿੱਚ ਤੰਗ ਰਾਹ ਵਾਲੀ ਜਗ੍ਹਾ ਵਿੱਚ ਜਿਹੜੀ ਗੱਡੀ ਸਾਹਮਣੇ ਆਏਗੀ ਅਸੀਂ ਆਪਣੀ ਗੱਡੀ ਨੂੰ ਖਿਲਾ ਕੇ ਉਹਨੂੰ ਪਹਿਲ ਦੇਣੀ ਹੈ ਠੀਕ ਹੈ ਬਾਕੀ ਜਿਹੜਾ ਇਹ ਸਾਈਨ ਬੋਰਡ ਹੈ ਨਾ ਜੀ ਇਹ ਇੰਡੀਕੇਟ ਕਰਦਾ ਹੈ ਤੰਗੀ ਨੂੰ ਇੰਡੀਕੇਟ ਕਰਦਾ ਹੈ ਕਿ ਰਾਹ ਤੰਗ ਹੈ ਰਾਹ ਤੰਗ ਹੈ ਮਤਲਬ ਕਿ ਰੋਡ ਦਾ ਪਾਰਟ ਤੰਗ ਹੈ ਤੰਗੀ ਹੁਣ ਹੋ ਸਕਦੀ ਹੈ ਕਿ ਕੰਮ ਦੀ وجہ ਨਾਲ ਹੋਵੇ ਕਿ ਰੋਡ ਤੇ ਕੰਮ ਚੱਲਦਾ ਪਿਆ ਹੋਵੇ ਤਾਂ ਤੰਗੀ ਹੋਵੇ ਜਾ ਐ ਦੀ ਕੋਈ ਹੋਰ ਰੀਜ਼ਨ ਹੋਵੇ ਬਾਕੀ ਜਿਹੜਾ ਐ ਸਾਈਨ ਬੋਰਡ ਹੈ ਹੈਨਾ ਇਹ ਕਹਿੰਦਾ ਵਾ ਕਿ ਰਾਹ ਤੰਗ ਹੈ ਰਾਹ ਜਰਾ ਉਤੰਗ ਹੈ ਤੇ ਤੰਗ ਰਾਹ ਵਿੱਚ ਅਸੀਂ ਪਹਿਲ ਦੇਣੀ ਹੈ ਉਸ ਘੰਟੀ ਨੂੰ ਜਿਹੜੀ ਗੱਡੀ ਕੇ ਸਾਹਮਣੇ ਆਏਗੀ ਠੀਕ ਹੈ ਅਸੀਂ ਐਸ ਗੱਡੀ ਨੂੰ ਜਿਹੜੀ ਐ ਵਾਈਟ ਗੱਡੀ ਹੈ ਜੀ ਐ ਲੰਘ ਜੇਗੀ ਉਸ ਤੋਂ ਬਾਅਦ ਅਸੀਂ ਜਾ ਸਕਨੇ ਆ ਠੀਕ ਹੈ ਜੀ ਤੇ ਜਿਹੜਾ ਇਹ ਪਾਰਟ ਹੈ ਜੀ ਇਹਨੂੰ ਕਹਿੰਦੇ ਨੇ ਸੈਂਸੀ ਓਨੀਚੀ ਅਲਟਰਨੇਟਿ ਕਿਉਂ ਕਹਿੰਦੇ ਨੇ ਜੀ ਆਪਾਂ ਗੱਲ ਕੀਤੀ ਹੈ ਪਹਿਲਾਂ ਕਿਉਂਕਿ ਇਹ ਉਹ ਪਾਰਟ ਹੈ ਜਿਹੜਾ ਕਿ ਕਦੀ ਬਨ ਜਾਂਦਾ ਹੈ ਜਾਣ ਵਾਲਾ ਤੇ ਕਦੇ ਆਣ ਵਾਲਾ ਠੀਕ ਹੈ ਜੀ ਤੇ ਦੂਜੇ ਪਾਸੇ ਜਿਹੜਾ ਇਹ ਸਾਈਨ ਬੋਰਡ ਹੈ ਨਾ ਇਹ ਕਹਿੰਦਾ ਵੈ ਕਿ ਜਿਹੜੀ ਗੱਡੀ ਉਧਰੋਂ ਆਏ ਉਹ ਆ ਸਕਦੀ ਹੈ ਮਤਲਬ ਕਿ ਉਹਨੂੰ ਆਣ ਦੀ ਪਰਮਿਸ਼ਨ ਹੈ ਜਿਹੜੀ ਗੱਡੀ ਵੀ ਇਧਰੋਂ ਆਏਗੀ ਪਹਿਲਾ ਹੋ ਜਾਏਗੀ ਤੇ ਉਸ ਤੋਂ ਬਾਅਦ ਜਿਹੜੀ ਗੱਡੀ ਇਧਰੋਂ ਜਾਏਗੀ ਬਾਅਦ ਹੋ ਜਾਏਗੀ ਠੀਕ ਹੈ ਬਾਕੀ ਜਿਹੜਾ ਪਹਿਲਾ ਸਾਡਾ ਸਾਈਨ ਬੋਰਡ ਆ ਉਹ ਆ ਵਾਲਾ ਹੈ ਤੇ ਇਹ ਕਹਿੰਦਾ ਵਾ ਕਿ ਰੋਡ ਜਿਹੜਾ ਵਾ ਜੀ ਉਹ ਤੰਗ ਹੈ ਸੋ ਅਸੀਂ ਪੈਲ ਦੇਣੀ ਹੈ ਉਸ ਗੱਡੀ ਨੂੰ ਜਿਹੜੀ ਕਿ ਉਧਰੋਂ ਆਂਦੀ ਹੋਏਗੀ ਠੀਕ ਹੈ ਬਾਕੀ ਆਪਾਂ ਸਟੱਡੀ ਕਰਨੀ ਆ ਹੁਣ ਹਾਂਜੀ ਤਾਂ ਨਾ ਹੁਣ ਪਹਿਲਾ ਸਾਈਨ ਬੋਰਡ ਹੈ ਕਹਿੰਦਾ ਇਲ ਸਨੀਆਲੇ ਸਿਗਨਲ ਅਰਾਫਿ ਗੁਰਾਤੋ ਜਿਹੜਾ ਸ਼ੋ ਕੀਤਾ ਜੀ ਐ ਉਨ ਸਨੀਆਲੇ ਐ ਇੱਕ ਸਾਈਨ ਬੋਰਡ ਹੈ ਜੀ ਦੀ ਪ੍ਰੈਸਕ੍ਰਿਪਸਿਓਨੇ ਸਾਨੂੰ ਗਾਈਡ ਕਰਨ ਵਾਲਾ ਕਹਿੰਦਾ ਕਿ ਐ ਸਿਗਨਲ ਜਿਹੜਾ ਸ਼ੋ ਕੀਤਾ ਜੀ ਐ ਇੱਕ ਸਿਗਨਲ ਹੈ ਜੀ ਸਾਨੂੰ ਗਾਈਡ ਕਰਨ ਵਾਲਾ ਠੀਕ ਹੈ ਅਗਰ ਸਵਾਲ ਨੰਬਰ 2 ਹੈ ਜੀ ਕੰਦਾ ਇਲ ਸਿਨਿਆਲੇ ਸਿਗਨਲ ਰਾਫਿਗੁਰਾਤੋ ਜਿਹੜਾ ਸ਼ੋ ਕੀਤਾ ਹੈ ਸਿਗਨਲ ਜਿਹੜਾ ਕੇ ਸ਼ੋ ਕੀਤਾ ਉਹਨੇ ਠੀਕ ਹੈ ਜੀ ਇਮਪੋਨੇ ਜ਼ਰੂਰੀ ਕਰਦਾ ਜੀ ਦੀਦਾਰੇ ਅਸੀਂ ਦੇ ਨਾਮ ਹੈ ਜੀ ਲਾ ਪ੍ਰੇਚਦਾਂਸਾ ਪੈਲ ਨਈ ਸੈਂਸੀ ਓਨੀਚੀ ਸੈਂਸੀ ਓਨੀਚੀ alternati ਕਹਿੰਦਾ ਕਿ ਸੈਂਸੀ ਓਨੀਚੀ ਅਲਟਰਨੇਟਿਵ ਵਿੱਚ ਅਸੀਂ ਪਹਿਲ ਦੇਣੀ ਹੈ ਠੀਕ ਹੈ ਜੀ ਆਪਾਂ ਪਹਿਲਾ ਫੋਟੋ ਦੇਖੀਏ ਜੀ ਉਹ 파ਟ ਜਿੱਥੋਂ ਕੇ ਗੱਡੀਆਂ ਦੀ ਇੱਕ ਲੈਣ ਜਾ ਸਕਦੀ ਹੈ ਜਾਂ ਗੱਡੀਆਂ ਜਾ ਸਕਦੀਆਂ ਨੇ ਜਾਂ ਆ ਸਕਦੀਆਂ ਨੇ ਉਹਨੂੰ ਕਹਿੰਦੇ ਨੇ ਸੈਂਸੀ ਓਨੀਚੀ ਅਲਟਰਨੇਟਿਵ ਠੀਕ ਹੈ ਜੀ ਕਹਿੰਦਾ ਸਿਗਨਲ ਜਿਹੜਾ ਸ਼ੋਅ ਕੀਤਾ ਜੀ ਦੱਸਦਾ ਹੈ ਜੀ ਕਿ ਪਹਿਲ ਦੇਣੀ ਹੈ ਸੈਂਸੀ ਓਨੀਚੀ ਅਲਟਰਨੇਟਿਵ ਵਿੱਚ ਅਰਗੇਸੀ ਇਹ ਜਗ੍ਹਾ ਹੈ ਸੈਂਸੀ ਹੋਣੀਚੀ ਅਲਟਰਨੇਟਿਵ ਠੀਕ ਹੈ ਜਿਸ ਜਗ੍ਹਾ ਤੋਂ ਗੱਡੀਆਂ ਦੀਕੋ ਲੈਨ ਜਾ ਸਕਦੀ ਹੈ ਜਾਂ ਤੇ ਗੱਡੀਆਂ ਆਣ ਗਈਆਂ ਤੇ ਜਾਂ ਜਾਣ ਗਈਆਂ ਠੀਕ ਹੈ ਮਤਲਬ ਸੇਮ ਟਾਈਮ ਦੋਏ ਕੰਮ ਨਹੀਂ ਹੋ ਸਕਦੇ ਜਾਂ ਗੱਡੀ ਆ ਸਕਦੀ ਹੈ ਜਾਂ ਜਾ ਸਕਦੀ ਹੈ ਇਹਨੂੰ ਕਹਿੰਦੇ ਨੇ ਸੈਂਸੀ ਹੋਣੀਚੀ ਅਲਟਰਨੇਟਿਵ ਠੀਕ ਹੈ ਅਗੇ ਸਵਾਲ ਨੰਬਰ 3 ਹੈ ਕਹਿੰਦਾ ਇਲ ਸੁਨਿਆਲੇ ਸਿਗਨਲ ਅਰਾ ਫਿਗੁਰਾਤੋ ਜਿਹੜਾ ਸ਼ੋਅ ਕੀਤਾ ਜੀ ਪਰ ਸਕਰੀਵੇ ਸਾਨੂੰ ਕਹਿੰਦਾ ਵੈ ਦੀਦਾਰੇ ਦੇਣਾ ਵੈ ਜੀ ਲਾ ਪ੍ਰਿਚਦੰਸਾ ਪਹਿਲ ਕਿ ਅਸੀਂ ਪਹਿਲ ਦੇਣੀ ਹੈ ਸਿਗਨਲ ਕਹਿੰਦਾ ਵੈ ਕਿ ਅਸੀਂ ਪਹਿਲ ਦੇਣੀ ਹੈ ਜੀ ਨੈ ਸੈਂਸੀ ਓਨੀਚੀ ਅਲਟਰਨਾਤੀ ਵਨਵੇ ਰੋਡ ਉਪਰ ਠੀਕ ਹੈ ਸਿਗਨਲ ਕਹਿੰਦਾ ਵੈ ਕਿ ਵਨਵੇ ਰੋਡ ਉਤੇ ਅਸੀਂ ਪੈਲ ਦੇਣੀ ਹੈ ਠੀਕ ਹੈ ਜੀ ਸਾਡੇ ਵਾਸਤੇ ਜ਼ਰੂਰੀ ਹੈ ਜੀ ਪੈਲ ਦੇਣੀ ਅਗਰ ਸਵਾਲ ਨੰਬਰ 4 ਹੈ ਜੀ ਕਹਿੰਦਾ ਹੈ ਇਲ ਸੁਨਿਆਲੇ ਸਿਗਨਲ ਅਰਾਸੀ ਬੁਰਾਤੋ ਜਿਹੜਾ ਸ਼ੋ ਕੀਤਾ ਜੀ ਆਬਲੀਗਾ ਜ਼ਰੂਰੀ ਕਰਦਾ ਹੈ ਆਦਾਰੇ ਦੇਨਾ ਵੈ ਜੀ ਲਾ ਪ੍ਰੇਚਦਾਂਸਾ ਪੈਲ ਸਿਗਨਲ ਜ਼ਰੂਰੀ ਕਰਦਾ ਵੈ ਪਹਿਲ ਦੇਣੀ ਹੈ ਆਈ ਵਹੀਕਲ ਲਈ ਉਹਨਾਂ ਗੱਡੀਆਂ ਨੂੰ ਪ੍ਰੋਵੀਨਿਅੰਤੀ ਜਿਹੜੀਆਂ ਗੱਡੀਆਂ ਕਿ ਆਂਦੀਆਂ ਪਈਆਂ ਨੇ ਦੈਲ ਸੈਂਸੋ ਕੋਂਟਰਾਰੀਓ ਆਪੋਜ਼ਿਟ ਸਾਈਡ ਵਿੱਚੋਂ ਕਹਿੰਦਾ ਕਿ ਸਿਗਨਲ ਸਾਨੂੰ ਕਹਿੰਦਾ ਵਾ ਕਿ ਅਸੀਂ ਪਹਿਲ ਦੇਣੀ ਹੈ ਉਹਨਾਂ ਗੱਡੀਆਂ ਨੂੰ ਜਿਹੜੀਆਂ ਗੱਡੀਆਂ ਕਿ ਆਂਦੀਆਂ ਪਈਆਂ ਨੇ ਆਪੋਜ਼ਿਟ ਸਾਈਡ ਵਿੱਚੋਂ ਠੀਕ ਹੈ ਜੀ ਜਿਹੜੀਆਂ ਗੱਡੀਆਂ ਵੀ ਆਪੋਜ਼ਿਟ ਸਾਈਡ ਵਿੱਚੋਂ ਆਂਦੀਆਂ ਪਈਆਂ ਨੇ ਅਸੀਂ ਉਹਨਾਂ ਗੱਡੀਆਂ ਨੂੰ ਪੈਲ ਦੇਣੀ ਹੈ ਠੀਕ ਹੈ ਇਹ ਗੱਲ ਕਰਦਾ ਪਿਆ ਜੀ ਇਹ ਸਾਈਨ ਬੋਰਡ ਅੱਗੇ ਜੀ ਸਵਾਲ ਨੰਬਰ 5 ਹੈ ਕਹਿੰਦਾ ਇਲ ਸਿਨਿਆਲੇ ਸਿਗਨਲ ਪਰਾਫੀਗਰਾਤੋ ਜਿਹੜਾ ਸ਼ੋ ਕੀਤਾ ਜੀ ਇੰਪੋਨੇ ਜ਼ਰੂਰੀ ਕਰਦਾ ਹੈ ਦੀਦਾਰੇ ਦੇਣਾ ਹੈ ਜੀ ਲਾ ਪਰਿਚਦਾਂਸਾ ਪੈਲ ਆਈ ਵਹੀਕਲੀ ਉਹਨਾਂ ਗੱਡੀਆਂ ਨੂੰ ਪ੍ਰੋਵਿਨੀਐਂਟੀ ਜਿਹੜੀਆਂ ਗੱਡੀਆਂ ਕੇ ਆਂਦੀਆਂ ਨੇ ਡਲ ਸੈਂਸ ਅਪੋਸਟ ਆਪੋਜ਼ਿਟ ਸਾਈਡ ਵਿੱਚੋਂ ਸਿਗਨਲ ਕਹਿੰਦਾ ਵੈ ਕਿ ਪੈਲ ਦੇਣੀ ਹੈ ਉਹਨਾਂ ਗੱਡੀਆਂ ਨੂੰ ਜਿਹੜੀਆਂ ਗੱਡੀਆਂ ਕੇ ਆਂਦੀਆਂ ਨੇ ਆਪੋਜ਼ਿਟ ਸਾਈਡ ਵਿੱਚੋਂ ਠੀਕ ਹੈ ਜਿਹੜੀਆਂ ਗੱਡੀਆਂ ਵੀ ਆਪੋਜ਼ਿਟ ਸਾਈਡ ਵਿੱਚੋਂ ਆਣ ਗਈਆਂ ਕਹਿੰਦਾ ਉਹਨਾਂ ਗੱਡੀਆਂ ਨੂੰ ਅਸੀਂ ਪਹਿਲ ਦੇਣੀ ਹੈ ਠੀਕ ਹੈ ਅਗੇ ਸਵਾਲ ਨੰਬਰ 6 ਹੈ ਜੀ ਕਹਿੰਦਾ ਇਲ ਸੁਨਿਆਲੇ ਸਿਗਨਲ ਰਾਫਿ ਗੁਰਾਤੋ ਜਿਹੜਾ ਸ਼ੋਅ ਕੀਤਾ ਜੀ ਪਰਿਆਨੁੰਚਾ ਦਸ ਦਾਵਾ ਜੀ ਜਿਹੜਾ ਸਿਗਨਲ ਸ਼ੋਅ ਕੀਤਾ ਉਹ ਸਾਨੂੰ ਦੱਸਦਾ ਜੀ ਕਿ ਬੀਜ਼ੋਨਿਆ ਜ਼ਰੂਰੀ ਹੈ ਜੀ ਦਾਰੇ ਲਾ ਪਰਿਚਦਾਂਸਾ ਕਿ ਪਹਿਲ ਦੇਣੀ ਹੈ ਆਈ ਵਹੀਕਲੀ ਉਹਨਾਂ ਵਹੀਕਲਸ ਨੂੰ ਪ੍ਰੋਵੀਨੈਂਟੀ ਜਿਹੜੀਆਂ ਕਿ ਆਂਦੀਆਂ ਨੇ ਦੀ ਫਰੋਂਟੇ ਸਾਹਮਣਿਓ ਸਿਗਨਲ ਕਹਿੰਦਾ ਵੈ ਕਿ ਅਸੀਂ ਸਾਡੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਪਹਿਲ ਦੇਣੀ ਹੈ ਉਹਨਾਂ ਗੱਡੀਆਂ ਨੂੰ ਜਿਹੜੀਆਂ ਗੱਡੀਆਂ ਕਿ ਸਾਹਮਣਿਓ ਆਂਦੀਆਂ ਨੇ ਜਿਹੜੀਆਂ ਗੱਡੀਆਂ ਵੀ ਸਾਹਮਣੇ ਸਾਈਡ ਤੋਂ ਸਾਡੇ ਵੱਲ ਨੂੰ ਆਣ ਗਈਆਂ ਅਸੀਂ ਉਹਨਾਂ ਗੱਡੀਆਂ ਨੂੰ ਪਹਿਲ ਦੇਣੀ ਹੈ ਠੀਕ ਹੈ ਅਗਰ ਸਵਾਲ ਨੰਬਰ 7 ਹੈ ਜੀ ਸੇਮ ਹੀ ਗੱਲ ਇਹਦੇ ਵਿੱਚ ਵੀ ਕਹਿੰਦਾ ਇਲ ਸੁਨਿਆਲੇ ਅਰਾਫਿ ਗਰਾਤੋ ਇਮਪੋਨੇ ਸਿਗਨੇਲ ਜਰੂਰੀ ਕਰਦਾ ਜੀ ਨੀਲੇ ਸਤਰੇ ਤੋਏ ਜਿੱਥੇ ਤੰਗੀਆਂ ਨੇ ਜਿਹੜੀ ਜਗ੍ਹਾ ਤੰਗ ਹੈ ਜੀ ਦੀਦਾਰੇ ਅਸੀਂ ਦੇਣਾ ਹੈ ਜੀ ਪ੍ਰੇਚ ਦੈਂਸਾ ਪੈਲ ਆਈ ਵਹੀਕਲੀ ਉਹਨਾਂ ਵਹੀਕਲਸ ਨੂੰ ਉਹਨਾਂ ਗੱਡੀਆਂ ਨੂੰ ਪ੍ਰੋਵਿਨਿਐਂਟੀ ਜਿਹੜੀਆਂ ਗੱਡੀਆਂ ਕੇ ਆਂਦੀਆਂ ਪਈਆਂ ਨੇ ਦਲ ਸੈਂਸ ਅਪੋਸਟ ਆਪੋਜ਼ਿਟ ਸਾਈਡ ਵਿੱਚੋਂ ਠੀਕ ਹੈ ਸਿਗਨਲ ਕਹਿੰਦਾ ਵੈ ਕਿ ਅਸੀਂ ਪਹਿਲ ਦੇਣੀ ਹੈ ਉਹਨਾਂ ਗੱਡੀਆਂ ਨੂੰ ਜਿਹੜੀਆਂ ਗੱਡੀਆਂ ਕੇ ਆਂਦੀਆਂ ਪਈਆਂ ਨੇ ਆਪੋਜ਼ਿਟ ਸਾਈਡ ਵਿੱਚੋਂ ਅਗੇ ਸਵਾਲ ਨੰਬਰ 8 ਹੈ ਜੀ ਕਹਿੰਦਾ ਇਲ ਸੁਨਿਆਲੇ ਸਿਗਨਲ ਪਰ ਆਫਿਗਰਾਤੋ ਜਰਾ ਸ਼ੋਅ ਕੀਤਾ ਜੀ ਪਰਿਆ ਨੂੰ ਚਾ ਸਾਨੂੰ ਦਸ ਦਾਲਾ ਜੀ ਇਨ ਪ੍ਰੈਜ਼ੈਂਸ ਹੁੰਦਿਆਂ ਦੀ ਲਾਵੋਰੀ ਕਮਾਂ ਦੇ ਹੁੰਦਿਆਂ ਕਮਾਂ ਦੇ ਦੀਦਾਰੇ ਦੇ ਨਾਂਵਾਂ ਜੀ ਪਰਿਚਦਨਾਂ ਦਾ ਪੈਲ ਆਈ ਵਹੀਕਲੀ ਉਹਨਾਂ ਗੱਡੀਆਂ ਨੂੰ ਪ੍ਰੋਵਿਨੈਂਟੀ ਜਿਹੜੀਆਂ ਗੱਡੀਆਂ ਕੇ ਆਂਦੀਆਂ ਨੇ ਦਲ ਸੈਂਸ ਅਪੋਸਟੋ ਆਪੋਜ਼ਿਟ ਸਾਈਡ ਵਿੱਚੋਂ ਕਹਿੰਦਾ ਕਿ ਸਿਗਨਲ ਜਿਹੜਾ ਸ਼ੋ ਕੀਤਾ ਜੀ ਦਸ ਦਾਵਾ ਜਦੋਂ ਕੰਮ ਚੱਲਦਾ ਹੋਵੇ ਉਹਦੋਂ ਕਹਿੰਦਾ ਕਿ ਅਸੀਂ ਪਹਿਲ ਦੇਣੀ ਹੈ ਉਹਨਾਂ ਗੱਡੀਆਂ ਨੂੰ ਜਿਹੜੀਆਂ ਗੱਡੀਆਂ ਕਿ ਆਪੋਜ਼ਿਟ ਸਾਈਡ ਵਿੱਚੋਂ ਆndੀਆਂ ਨੇ ਅਸੀਂ ਨਾ ਪਹਿਲਾਂ ਵੀ ਗੱਲ ਕੀਤੀ ਹੈ ਕਿ ਟੰਗੀ ਟੰਗੀ ਹੈ ਬਾਕੀ ਹੋ ਸਕਦਾ ਵੈ ਉਹ ਵਜ੍ਹਾ ਹੋਏ ਕੰਮ ਦੀ ਜਾਂ ਕੋਈ ਹੋਰ ਵਜ੍ਹਾ ਠੀਕ ਹੈ ਸੋ ਸਵਾਲ ਨੰਬਰ 8 ਕਹਿੰਦਾ ਹੈ ਕਿ ਕੰਮ ਚੱਲਦਾ ਪਿਆ ਵੈ ਠੀਕ ਹੈ ਸੋ ਇੱਥੇ ਅਸੀਂ ਪਹਿਲ ਦੇਣੀ ਹੈ ਉਹਨਾਂ ਗੱਡੀਆਂ ਨੂੰ ਜਿਹੜੀਆਂ ਗੱਡੀਆਂ ਆਂਦੀਆਂ ਨੇ ਜੀ ਆਪੋਜ਼ਿਟ ਸਾਈਡ ਵਿੱਚੋਂ ਠੀਕ ਹੈ ਬਾਕੀ ਅੱਗੇ ਸਵਾਲ ਨੰਬਰ 9 ਹੈ ਜੀ ਕਹਿੰਦਾ ਹੈ ਇਲਸ ਨਿਆਲੇ ਰਾਫਿ ਬਰਾਤੋ ਪਰਿਆਨੁਨਚਾ ਸਿਗਨਲ ਸਾਨੂੰ ਦੱਸਦਾ ਵੈ ਜੀ ਕਿ ਲਾ ਸਰਕੂਲੇਸ਼ਨੇ ਕਿ ਆਵਾਜਾਈ ਜਾਣਾ ਆਣਾ ਨਨਪੋ ਜ਼ਵੋਲਜਰਸੀ ਨਹੀਂ ਹੋ ਸਕਦਾ ਕਿ ਜਾਣਾ ਆਣਾ ਨਹੀਂ ਹੋ ਸਕਦਾ ਕਿ ਅਸੀਂ ਜਾ ਆ ਨਹੀਂ ਸਕਦੇ ਕੌਨ ਟੈਂਪੋਰਾਨੀਆ ਮੈਂਟੇ ਇਕੱਠਿਆਂ ਹੀ ਨਈ ਦੂਵੇਸੈਂਸੀ ਦੋਨਾਂ ਪਾਸਿਆਂ ਵਿੱਚ ਸਿਗਨਲ ਕਹਿੰਦਾ ਵੈ ਕਿ ਸਾਡੀ ਆਵਾਜਾਈ ਸੇਮ ਟਾਈਮ ਦੋਨਾਂ ਪਾਸਿਆਂ ਵਿੱਚ ਨਹੀਂ ਹੋ ਸਕਦੀ ਠੀਕ ਹੈ ਜਾਂ ਤੇ ਸਿਰਫ ਜਾ ਸਕਦੇ ਆ ਤੇ ਜਾਂ ਆ ਸਕਦੇ ਆ ਮਤਲਬ ਕਿ ਸੇਮ ਟਾਈਮ ਦੋਨਾਂ ਪਾਸਿਆਂ ਵਿੱਚ ਆਵਾਜਾਈ ਅਸੀਂ ਨਹੀਂ ਕਰ ਸਕਦੇ ਸਵਾਲ ਨੰਬਰ 10 ਹੈ ਜੀ ਇਲ ਸੁਨਿਆਲੇ ਸਿਗਨਲ ਅਰਾਫਿਗੁਰਾਤੋ ਸ਼ੋ ਕੀਤਾ ਹੋਇਆ ਸੇ ਇਨਕੋਂਟਰਾ ਮਿਲੇਗਾ ਪਰੀਮਾ ਪਹਿਲਾ ਦੀਉਨਾ ਸਤਰਤੋਇਆ ਇਕ ਤੰਗੀ ਤੋਂ ਕੇ ਦੀਨਰਮਾ ਜਿਹੜੀ ਕਿ ਕਾਨੂੰਨ ਦੇ ਮੁਤਾਬਕ ਕੌਨਸੈਂਟੇ ਸਾਨੂੰ ਅਲਾਉ ਕਰੇ ਇਲ ਪਸਾਜੋ ਨੰਗਨਾ ਪਾਸ ਕਰਨਾ ਦੀਉਨਾ ਸੋਲਾਫਿਲਾ ਇਕੋ ਸੋਲਾ ਇਕੋ ਹੀ ਸਿਰਫ ਇਕੋ ਹੀ ਫਿਲਾ ਲੈਨ ਨੂੰ ਦੀ ਵਹੀਕੁਲੀ ਗੱਡੀਆਂ ਦੀ ਕਹਿੰਦਾ ਸਿਗਨਲ ਮਿਲੇਗਾ ਪਹਿਲਾਂ ਇੱਕ ਤੰਗੀ ਤੋਂ ਜਿਹੜੀ ਤੰਗੀ ਕੇ ਕਾਨੂੰਨ ਦੇ ਮੁਤਾਬਕ ਪਰਮਿਸ਼ਨ ਦਿੰਦੀ ਹੈ ਜਾਣਦੀ ਗੱਡੀਆਂ ਦੀ ਇਕੋ ਲੈਣ ਨੂੰ ਠੀਕ ਆ ਅਗਰ ਸਵਾਲ ਨੰਬਰ 11 ਹੈ ਨਾ ਜੀ ਕਹਿੰਦਾ ਇਲ ਸੁਨਿਆਲੇ ਰਾਫਿ ਗਰਾਤੋ ਇਨ ਓਨਾ ਸਟਰਾਦਾ ਇੱਕ ਰੋਡ ਉੱਤੇ ਜੀ ਆਦੋਪੀਓ ਸੈਂਸੋ ਜਿਹੜਾ ਕਿ ਡਬਲ ਹੈ ਪ੍ਰਚੇਦੇ ਪਹਿਲਾ ਆਏਗਾ ਹੁਨਾ ਸਤਰਤੋਇਆ ਇੱਕ ਤੰਗੀ ਤੋਂ ਮਤਲਬ ਕਿ ਸਿਗਨਲ ਸਾਨੂੰ ਪਹਿਲਾ ਮਿਲੇਗਾ ਇੱਕ ਤੰਗੀ ਤੋਂ ਕੇ ਪਰਮਿੱਤੇ ਜਿਹੜੀ ਤੰਗੀ ਕੇ ਪਰਮਿਸ਼ਨ ਦਿੰਦੀ ਹੈ ਇਲ ਟਰਾਂਜ਼ਿਟ ਜਾਣ ਦੀ ਦੇ ਹੁਨਾ ਸੋਲਾ ਫਿਲਾ ਇਕੋ ਲਾਈਨ ਨੂੰ ਦੀ ਵਹੀਕਲੀ ਗੱਡੀਆਂ ਦੀ ਠੀਕ ਹੈ ਜਿਹੜੇ ਤੰਗੀ ਕੇ ਪਰਮਿਸ਼ਨ ਦਿਨ ਦੀ ਹੈ ਜਾਣ ਦੀ ਗੱਡੀਆਂ ਦੀ ਇਕੋਲਨ ਅਗਰ ਸਵਾਲ ਨੰਬਰ 12 ਜੀ ਕਹਿੰਦਾ ਇਲ ਸੁਨਿਆਲੇ ਪਰਾਫਿਗਰਾਤੋ ਪੋ ਐਸਰੇ ਪੋਸਤੋ ਸਿਗਨਲ ਲੱਗਿਆ ਹੋਇਆ ਹੋ ਸਕਦਾ ਜੀ ਇਨ ਓਨਾ ਸਟਰਾਡਾ ਇੱਕ ਰੋਡ ਉੱਤੇ ਇਨ ਕਵੀ ਜਿੱਥੇ ਕੇ ਓਨਾ ਪਾਰਤੇ ਇੱਕ ਪਾਰਟ ਬੈਲਾ ਕਾਰੇਜਾਤਾ ਰੋਡ ਦਾ ਐ ਜ਼ਬਰਤਾ ਬੰਦ ਕੀਤਾ ਹੋਵੇ ਸਿਗਨਲ ਸਾਨੂੰ ਪਹਿਲਾਂ ਮਿਲੇਗਾ ਰੋਡ ਦੇ ਉਸ ਪਾਰਟ ਉੱਤੇ ਕਹਿੰਦੇ ਸਿਗਨਲ ਲੱਗਾ ਹੋਵੇਗਾ ਰੋਡ ਦੇ ਉਸ ਪਾਰਟ ਉੱਤੇ ਜਿੱਦਾਂ ਕਿ ਜਿੱਦੇ ਕਿ ਇੱਕ ਸਾਈਡ ਬੰਦ ਹੋਵੇ ਠੀਕ ਹੈ ਜੀ ਜਿੱਦੇ ਇੱਕ ਸਾਈਡ ਉਹਨਾਂ ਨੇ ਬੰਦ ਕੀਤੀ ਹੋਵੇ ਜ਼ਬਰਤ ਹੁੰਦਾ ਬੰਦ ਕੀਤੀ ਹੋਣਾ ਹਾਂਜੀ ਇਹ ਦੇਖੋ ਜੀ ਇਹ ਵੈਜੀ ਇੱਕ ਐਗਜ਼ਾਮਪਲ ਉਹਦੀ ਕਿ ਸਿਗਨਲ ਲੱਗਾ ਹੋਵੇਗਾ ਰੋਡ ਦੇ ਉਸ ਪਾਰਟ ਉੱਤੇ ਜਿੱਦੇ ਇੱਕ ਸਾਈਡ ਬੰਦ ਕੀਤੀ ਹੋਵੇ ਦੇਖੋ ਜੀ ਹੁਣ ਜਿਹੜੀ ਇਹ ਸਾਈਡ ਹੈ ਇਹ ਬੰਦ ਕੀਤੀ ਦੀ ਹੈ ਠੀਕ ਹੈ ਜੀ ਸੋ ਸਾਡੀ ਗੱਡੀ ਨੇ ਪਹਿਲ ਦੇਣੀ ਹੈ ਆਉਣ ਵਾਲੀ ਗੱਡੀ ਨੂੰ ਕਿਉਂਕਿ ਇਹ ਸਾਈਨ ਬੋਰਡ ਕਹਿੰਦਿਆ ਹੈ ਠੀਕ ਹੈ ਜੀ ਇਕਲੋ ਜ਼ਬਰਦਸਤ ਕਹਿੰਦੇ ਨੇ ਇਹ ਚੀਜ਼ ਨੂੰ ਜਿਹੜੀ ਕਿ ਬੰਦ ਕੀਤੀ ਹੋਵੇ ਅੱਗੇ ਜੀ ਸਵਾਲ ਨੰਬਰ 13 ਹੈ ਜੀ ਕਹਿੰਦਾ ਇਲ ਸੁਨਿਆਲੇ ਸਿਗਨਲ ਅਰਾਫਿ ਬਰਾਤੋ ਜਿਹੜਾ ਸ਼ੋ ਕੀਤਾ ਜੀ ਪੋ ਐਸਰੇ ਹੋ ਸਕਦਾ ਪੋਸਤੋ ਲੱਗਿਆ ਦਾ ਇਨ ਉਨਾਸਟਰਾ ਦਾ ਇੱਕ ਰੋਡ ਉੱਤੇ ਕਨ ਸਤਰਤੋਯਾ ਜਿੱਥੇ ਕਿ ਤੰਗੀ ਹੋਵੇ ਸਿਗਨਲ ਲੱਗਾ ਹੋਇਆ ਹੋ ਸਕਦਾ ਹੈ ਰੋਡ ਦੇ ਉਸ ਪਾਰਟ ਉੱਤੇ ਜਿੱਥੇ ਕਿ ਤੰਗੀ ਹੋਵੇ ਜਿੱਥੇ ਕਿ ਰਾਹ ਤੰਗ ਹੋਵੇ ਠੀਕ ਹੈ ਜੀ ਐਸਿਕਰ ਜੀ ਸਾਈਨ ਬੋਰਡ ਦਾਰੇ ਪ੍ਰੇਚ ਦੈਂਸਾ ਨੈ ਸੈਂਸੀ ਹੋਣੇ ਚੀ ਅਲਟਰਨਾਤੀ ਗਾ ਚਲਦੇ ਆ ਜੀ ਅੱਗੇ ਜੀ ਹੁਣ ਸਾਈਨ ਬੋਰਡ ਦੂਜਾ ਅੱਛਾ ਹੁਣ ਜਿਹੜਾ ਐਸ ਸਾਈਨ ਬੋਰਡ ਹੈ ਨਾ ਇਹ ਦੇਖੋ ਰਾਈਟ ਹੈ ਪਹਿਲ ਦਾ ਦ੍ਰਿੱਤੋ ਦੀ ਪ੍ਰਿਚਦਨ ਸਾਵੇ ਪਹਿਲ ਦਾ ਰਾਈਟ ਹੈ ਜੀ ਨਹੀਂ ਸੈਂਸ ਹੋਣੇ ਦੀ ਅਲਟਰਨਾਤੀ ਹੋਂ ਜਿੱਥੇ ਇਹ ਸਾਈਨ ਬੋਰਡ ਲੱਗਾ ਹੋਏਗਾ ਨਾ ਉੱਥੇ ਇਹਦਾ ਮਤਲਬ ਹੈ ਕਿ ਅੱਗੇ ਰਾਹ ਤੰਗ ਹੈ ਤੇ ਤੰਗ ਜਗ੍ਹਾ ਤੋਂ ਸਾਡੀ ਪਹਿਲ ਹੈ ਅਸੀਂ ਪਹਿਲਾਂ ਜਾਣਾ ਹੈ ਠੀਕ ਹੈ ਹਾਂ ਜੀ ਦੇਖ ਲਓ ਜੀ ਇਹੀ ਐਗਜ਼ਾਮਪਲ ਸੇਮ ਉਹ ਪਾਸੇ ਲੱਗਾ ਹੈ ਸਾਈਨ ਬੋਰਡ ਠੀਕ ਹੈ ਕਿਉਂਕਿ ਤੰਗ ਜਗ੍ਹਾ ਦੇ ਇੱਕ ਪਾਸੇ ਇਹ ਲੱਗਾ ਹੋਏਗਾ ਦੂਜੇ ਪਾਸੇ ਇਹ ਲੱਗਾ ਹੋਏਗਾ ਸੋ ਜਿੱਧਰ ਇਹ ਸਾਈਨ ਬੋਰਡ ਲੱਗਾ ਹੋਏਗਾ ਇਹਦਾ ਮਤਲਬ ਹੈ ਕਿ ਜਿਹੜੀ ਗੱਡੀ ਵੀ ਇੱਧਰੋਂ ਆਏਗੀ ਉਸ ਗੱਡੀ ਦੀ ਪਹਿਲ ਹੈ ਉਹਨੂੰ ਖਲੋਣ ਦੀ ਕੋਈ ਲੋੜ ਨਹੀਂ ਹੈ ਸਿਰਫ ਉਧਰੋਂ ਆਣ ਵਾਲੀ ਗੱਡੀ ਨੇ ਇੱਕ ਦਫਾ ਸ਼ੋਰ ਹੋ ਜਾਣਾ ਮੈਂ ਕਿ ਉਹਨੂੰ ਪਹਿਲ ਮਿਲ ਗਈ ਹੈ ਕਿਉਂਕਿ ਹੋ ਸਕਦਾ ਜਿਹੜੀ ਗੱਡੀ ਸਾਹਮਣੇੋਂ ਆਂਡੀ ਹੈ ਉਹ ਨਾ ਖਲੋਏ ਸੋ ਅਸੀਂ ਨਾ ਇੱਥੇ ਆਪਣੀ ਸਪੀਡ ਘੱਟ ਕਰਕੇ ਨਾ ਵੇਖ ਲੈਣਾ ਮੈਂ ਕਿ ਜਿਹੜੀ ਗੱਡੀ ਅੱਗੋਂ ਆਣ ਲਈ ਹੈ ਕਿਹਾ ਉਹ ਗੱਡੀ ਖਲੋਗੀ ਹੈ ਅਸੀਂ ਚੈੱਕ ਕਰਨਾ ਹੈ ਅਸੀਂ ਸ਼ੋਰ ਹੋਣਾ ਹੈ ਕਿ ਕਿਹਾ ਸਾਨੂੰ ਪਹਿਲ ਮਿਲ ਗਈ ਹੈ ਹਾਂਜੀ ਇਹ ਵਾਜੀ ਫੋਟੋ ਵਾਲੀ ਕਿ ਇੱਕ ਪਾਸੇ ਲੱਗਾ ਹੋਵੇਗਾ ਇਹ ਸਾਈਨ ਬੋਰਡ ਦੂਜੇ ਪਾਸੇ ਇਹ ਲੱਗਾ ਹੋਵੇਗਾ ਸੋ ਜਿਸ ਗੱਡੀ ਨੂੰ ਇਹ ਸਾਈਨ ਬੋਰਡ ਮਿਲੇਗਾ ਨਾ ਉਹ ਗੱਡੀ ਜਾ ਸਕਦੀ ਹੈ ਮਤਲਬ ਜਿਹੜੀ ਗੱਡੀ ਇੱਧਰੋਂ ਆਏਗੀ ਜੀ ਉਹਦੀ ਪਹਿਲ ਹੈ ਸਿਰਫ ਐਸ ਗੱਡੀ ਵਾਲੇ ਨੇ ਸ਼ੋਰ ਹੋਣਾ ਵੈ ਕਿ ਉਸ ਪਾਸਿਓਂ ਜਦੋਂ ਉਹਨੇ ਆਣਾ ਵੈ ਇੰਨੇ ਇੱਥੇ ਆਪਣੀ ਸਪੀਡ ਘੱਟ ਕਰਕੇ ਨਾ ਵੇਖਣਾ ਵੈ ਕਿ ਜਿਹੜੀ ਗੱਡੀ ਸਾਹਮਣੋਂ ਆਂਦੀ ਪਈ ਹੈ ਕਿਆ ਉਹ ਗੱਡੀ ਖਲੋਗੀ ਹੈ ਕਿਆ ਉਸ ਗੱਡੀ ਨੇ ਪਹਿਲ ਦਿੱਤੀ ਹੈ ਸਿਰਫ ਅਸੀਂ ਨਾ ਪੈਲ ਦੇਖਣੀ ਹੈ ਅਸੀਂ ਸ਼ੋਰ ਹੋਣਾ ਵੈ ਕਿ ਜਿਹੜੀ ਗੱਡੀ ਵੀ ਆਂਦੀ ਪਈ ਹੈ ਜੀ ਕਿਆ ਉਹ ਸਾਨੂੰ ਪਹਿਲ ਦੇਂ ਰਹੀ ਹੈ ਇਹ ਜ਼ਰੂਰੀ ਹੈ ਠੀਕ ਹੈ ਜ਼ਰੂਰੀ ਹੈ ਚੈੱਕ ਕਰਨਾ ਕਿ ਜਿਹੜੀ ਗੱਡੀ ਆਂਦੀ ਪਈ ਹੈ ਕਿਆ ਉਹ ਸਾਨੂੰ ਪਹਿਲ ਦੇਂ ਰਹੀ ਹੈ ਜਦੋਂ ਅਸੀਂ ਸ਼ੋਰ ਹੋ ਗਏ ਸਾਨੂੰ ਪਹਿਲ ਮਿਲ ਗਈ ਹੈ ਤੇ ਅਸੀਂ ਜਾ ਸਕਦੇ ਹਾਂ ਕਿਉਂਕਿ ਸਾਡੀ ਪਹਿਲ ਹੈ ਐਸ ਸਾਈਨ ਬੋਰਡ ਕਹਿੰਦਾ ਵੈ ਕਿ ਜਿਹੜੀ ਤੰਗ ਜਗ੍ਹਾ ਵੈ ਉੱਥੇ ਸਾਡੀ ਪਹਿਲ ਹੈ ਠੀਕ ਹੈ ਜੀ ਹਾਂਜੀ ਇਹਦੇ ਉੱਤੇ ਸਵਾਲ ਨੇ ਜੀ ਸਵਾਲ ਨੰਬਰ 1 ਹੈ ਕਹਿੰਦਾ ਇਨ ਪ੍ਰੈਜ਼ੈਂਸਾ ਹੁੰਦਿਆਂ ਦੈਲ ਸਿਨਿਆਲੇ ਸਿਗਨਲ ਦੇ ਰਾਫੀ ਬਰਾਤੋ ਜਿਹੜਾ ਸ਼ੋਅ ਕੀਤਾ ਹੋਇਆ ਜੀ ਅਬੀਆਮੋ ਦੋਬੀਆਮੋ ਅਸੀ ਅਚਰਤਾਰਚੀ ਸ਼ੋਰ ਹੋਣਾ ਹੈ ਕੇ ਇਹ ਵਹੀਕਲੀ ਕੇ ਗੱਡੀਆਂ ਪ੍ਰੋਵੇਨੀਐਂਟੀ ਜਿਹੜੀਆਂ ਗੱਡੀਆਂ ਕਿ ਆਂਦੀਆਂ ਪਈਆਂ ਨੇ ਦਲ ਸੈਨਸੋ ਕੋਂਟਰਾਰੀਓ ਆਪੋਜ਼ਿਟ ਸਾਈਡ ਵਿੱਚੋਂ ਚੀ ਦਿਆਨੋ ਉਹ ਸਾਨੂੰ ਦੇਣ ਲਾ ਪ੍ਰਿਚਦੈਂਸਾ ਪੈਲ ਕਹਿੰਦਾ ਹੁੰਦਿਆਂ ਸਿਗਨਲ ਦੇ ਅਸੀਂ ਸ਼ੋਰ ਹੋਣਾ ਵੈ ਕਿ ਜਿਹੜੀਆਂ ਗੱਡੀਆਂ ਦੂਜੇ ਪਾਸੋਂ ਆਂਦੀਆਂ ਪਈਆਂ ਨੇ ਕਿਆ ਉਹ ਸਾਨੂੰ ਪੈਲ ਦੇਣੀਆਂ ਨੇ ਅਸੀਂ ਆਚਰ ਤਾਰਚੀ ਸ਼ੋਰ ਹੋਣਾ ਮੈਂ ਅਸੀਂ ਪੱਕਿਆ ਹੋਣਾ ਮੈਂ ਅਸੀਂ ਚੈੱਕ ਕਰਨਾ ਮੈਂ ਠੀਕ ਹੈ ਸਵਾਲ ਨੰਬਰ 2 ਕਹਿੰਦਾ ਇਨ ਪ੍ਰੈਜ਼ੈਂਸਾ ਹੁੰਦਿਆਂ ਦੈਲ ਸੁਨਿਆਲੇ ਸਿਗਨਲ ਦੇ ਅਰਾਫਿ ਬਰਾਤੋ ਜਿਹੜਾ ਸ਼ੋ ਕੀਤਾ ਹੋਇਆ ਜੀ ਪੋ ਸਿਆਮ ਪਰ ਕੋਰੇੜੇ ਅਸੀਂ ਚੱਲ ਸਕਦੇ ਹਾਂ ਜੀ ਲਾ ਸਤਰੇ ਤੋਇਆ ਟੰਗੀ ਤੋਂ ਦੋਪੋ ਐਸਰ ਚੀ ਬਾਦ ਵਿੱਚ ਹੋਣ ਤੋਂ ਅਸੀ ਕੁਰਾਤੀ ਸ਼ੋਰ ਸ਼ੋਰ ਹੋਣ ਤੋਂ ਬਾਅਦ ਚੈੱਕ ਕਰਨ ਤੋਂ ਬਾਅਦ ਦੇ ਅਵੇਰ ਉਹ ਤਨ ਉਤੋ ਕਿ ਸਾਨੂੰ ਮਿਲ ਗਿਆ ਜੀ ਲਾ ਪ੍ਰਿਚ ਦੈਂਸਾ ਪੈਲ ਹੁੰਦਿਆਂ ਸਿਗਨਲ ਦੇ ਕਹਿੰਦਾ ਅਸੀਂ ਚੱਲ ਸਕਦੇ ਹਾਂ ਜੀ ਤੰਗੀ ਤੋਂ ਬਾਅਦ ਵਿੱਚ ਜਦੋਂ ਕਿ ਅਸੀਂ ਸ਼ੋਰ ਹੋ ਜਾਈਏ ਕਿ ਸਾਨੂੰ ਪੈਲ ਮਿਲ ਗਈ ਹੈ ਠੀਕ ਹੈ ਜੀ ਅੱਗੇ ਸਵਾਲ ਨੰਬਰ 3 ਹੈ ਕਹਿੰਦਾ ਇਨ ਪ੍ਰੈਜ਼ੈਂਸ ਹੁੰਦਿਆ ਡੈਲਸ ਨਿਆਲੇ ਸਿਗਨਲ ਦੇ ਰਾਫਿਗਰਾਤੋ ਜਿਹੜਾ ਸਿਗਨਲ ਸ਼ੋ ਕੀਤਾ ਜੀ ਦੋ ਬਿਆਮੋ ਪ੍ਰੋਚੇਦਰੇ ਜ਼ਰੂਰੀ ਹੈ ਸਾਡੇ ਵਾਸਤੇ ਜਾਣਾ ਕੁੰ ਕਾਉ ਤੇਲਾ ਸਾਵਧਾਨੀ ਨਾਲ ਅਖਤਿਆਤ ਨਾਲ ਅੰਕੇ ਸੇ ਅਬਿਆਮੋ ਉਹਦੋ ਮੇ ਜਦੋਂ ਕੇ ਅਬਿਆਮੋ ਸਾਨੂੰ ਹੈ ਜੀ ਲ ਪਰਚਦਾ ਦਾ ਪੈਲ ਜਦੋਂ ਕਿ ਪੈਲ ਸਾਡੀ ਹੈ ਕਹਿੰਦਾ ਹੁੰਦਿਆਂ ਸਿਗਨਲ ਦੇ ਅਸੀਂ ਜਾਣਾ ਵੇ ਧਿਆਨ ਨਾਲ ਉਦੋਂ ਵੀ ਜਦੋਂ ਕਿ ਸਾਡੀ ਪੈਲ ਹੈ ਠੀਕ ਹੈ ਅਗਰ ਸਵਾਲ ਨੰਬਰ 4 ਹੈ ਜੀ ਕਹਿੰਦਾ ਇਨ ਪ੍ਰੈਜ਼ੈਂਸਾ ਦਲਸ ਨਿਆਲੇ ਰਾਫੀ ਬਰਾਤੋ ਹੁੰਦਿਆਂ ਸਿਗਨਲ ਦੇ ਸੀ ਪੋ ਫਿਰ ਕੋੜੇ ਅਸੀਂ ਚੱਲ ਸਕਦੇ ਹਾਂ ਜੀ ਲ ਸਤਰਤੋਇਆ ਤੰਗੀ ਉਤੋਂ ਦੀ ਆਚਰ ਤਾਂਦੋਸੀ ਸ਼ੋਰ ਹੁੰਦਿਆ ਹੋਇਆ ਪੱਕਿਆ ਹੁੰਦਿਆ ਹੋਇਆ ਦੀ ਆਵੇਰ ਆਵੂਤੋ ਕਿ ਸਾਨੂੰ ਮਿਲ ਗਈ ਹੈ ਜੀ ਲਾ ਪ੍ਰਿਚਦੈਂਸਾ ਪੈਲ ਡਾਈ ਵੈਕੂਲੀ ਉਹਨਾਂ ਗੱਡੀਆਂ ਤੋਂ ਪ੍ਰੋਵਿਨੀਐਂਟੀ ਜਿਹੜੀਆਂ ਗੱਡੀਆਂ ਕੇ ਆਂਦੀਆਂ ਪਈਆਂ ਨੇ ਦੀ ਫਰੋਂਤੇ ਸਾਹਮਣਿਓ ਕੰਦਾ ਹੁੰਦਿਆਂ ਸਿਗਨਲ ਦੇ ਅਸੀਂ ਚੱਲ ਸਕਦੇ ਹਾਂ ਜੀ ਟੰਗੀ ਵਾਲੀ ਜਗ੍ਹਾ ਤੋਂ ਪੱਕਿਆ ਹੋਣ ਤੋਂ ਬਾਅਦ ਜਦੋਂ ਕਿ ਸਾਨੂੰ ਮਿਲ ਜਾਏ ਪੈਲ ਉਹਨਾਂ ਗੱਡੀਆਂ ਤੋਂ ਜਿਹੜੀਆਂ ਗੱਡੀਆਂ ਕਿ ਆਂਦੀਆਂ ਪਈਆਂ ਨੇ ਸਾਹਮਣੇੋਂ ਠੀਕ ਹੈ ਜੀ ਐਸੇ ਕਿ ਆਪਣੇ ਚਾਰ ਸਵਾਲ ਐਸ ਸਾਈਨ ਬੋਰਡ ਦੇ ਅੱਗੇ ਚੱਲਦੇ ਹਾਂ ਜੀ ਹਾਂਜੀ ਅੱਛਾ ਦੇਖੋ ਜੀ ਹੁਣ ਨਾ ਗੱਲ ਕਰਦਾ ਵੈ ਸੇਮ ਸਾਈਨ ਬੋਰਡ ਨੇ ਪਹਿਲੇ ਵਾਲੇ ਹੀ ਲੇਕਿਨ ਇੱਥੇ ਗੱਲ ਕਰਦਾ ਕਿ ਜੇ ਤੇ ਐਸ ਸਾਈਨ ਬੋਰਡ ਲੱਗੇ ਹੋਣ ਸਿਮਾਫਰ ਉਹਦੇ ਨਾਲ ਐਸੀ ਜਗ੍ਹਾ ਤੇ ਜਿੱਥੇ ਕਿ ਟ੍ਰੈਫਿਕ ਲਾਈਟਾਂ ਵੀ ਲੱਗੀਆਂ ਹੋਣ ਜਿੱਦਾਂ ਕਿ ਆ ਦੇਖੋ ਫੋਟੋ ਵਿੱਚ ਠੀਕ ਹੈ ਐਸ ਸਾਈਨ ਬੋਰਡ ਹੈ ਐਦੇ ਨਾਲ ਟ੍ਰੈਫਿਕ ਲਾਈਟਾਂ ਲੱਗੀਆਂ ਨੇ ਉਧਰ ਵੀ ਸੇਮ ਚੀਜ਼ੀ ਹੈ ਠੀਕ ਹੈ ਕੋਈ ਵੀ ਸਾਈਨ ਬੋਰਡ ਹੈ ਜੀ ਤੁਸੀਂ ਯਾਦ ਰੱਖੋ ਕੋਈ ਵੀ ਸਾਈਨ ਬੋਰਡ ਜਦੋਂ ਉਹ ਲੱਗਿਆ ਹੋਵੇ ਸਿਮਾਫਰੋ ਦੇ ਨਾਲ ਟ੍ਰੈਫਿਕ ਲਾਈਟਾਂ ਦੇ ਨਾਲ ਤੇ ਉਹ ਸਾਈਨ ਬੋਰਡ ਉਦੋਂ ਵੈਲਿਡ ਹੈ ਜਦੋਂ ਕਿ ਸਿਮਾਫਰੋ ਟ੍ਰੈਫਿਕ ਲਾਈਟਾਂ ਖਰਾਬ ਹੋਣ ਟ੍ਰੈਫਿਕ ਲਾਈਟਾਂ ਕੰਮ ਨਾ ਕਰਦੀਆਂ ਹੋਣ ਫਾਰ ਐਗਜ਼ਾਮਪਲ ਜੇ ਇੱਥੇ ਹੁਣ ਲੱਗਿਆ ਸਾਈਨ ਬੋਰਡ ਹੈ ਨਾ ਉਹਦੇ ਨਾਲ ਹੀ ਟ੍ਰੈਫਿਕ ਲਾਈਟਾਂ ਲੱਗੀਆਂ ਨੇ ਤੇ ਜੇ ਤੇ ਟ੍ਰੈਫਿਕ ਲਾਈਟਾਂ ਸਹੀ ਚੱਲਦੀਆਂ ਪਈਆਂ ਨੇ ਮਤਲਬ ਕਿ ਉਹਦੀ ਲਾਲਵਤੀ ਵੀ ਬਲਦੀ ਪਈ ਐ ਹਰੀ ਵੀ ਪੀਲੀ ਵੀ ਸਿਮਾਫਰ ਜਦੋਂ ਸਹੀ ਚੱਲਣ ਰਿਹਾ ਤੇ ਫਿਰ ਅਸੀਂ ਨਾ ਸਾਈਨ ਬੋਰਡ ਨੂੰ ਫੋਲੋ ਨਹੀਂ ਕਰਨਾ ਫਿਰ ਸਾਈਨ ਬੋਰਡ ਨੂੰ ਅਸੀਂ ਦੇਖਣਾ ਹੀ ਨਹੀਂ ਠੀਕ ਐ ਜਦੋਂ ਸਿਮਾਫਰ ਸਹੀ ਚੱਲਦਾ ਪਿਆ ਹੋਵੇ ਟ੍ਰੈਫਿਕ ਲੈਟਨ ਸਹੀ ਕੰਮ ਕਰਦੀਆਂ ਪਈਆਂ ਨੇ ਤੇ ਫਿਰ ਅਸੀਂ ਸਾਈਨ ਬੋਰਡ ਨੂੰ ਨਹੀਂ ਦੇਖਣਾ ਇਨ ਕੇਸ ਜਦੋਂ ਟ੍ਰੈਫਿਕ ਲੈਟਨ ਖਰਾਬ ਹੋਣ ਤੇ ਫਿਰ ਅਸੀਂ ਸਾਈਨ ਬੋਰਡ ਨੂੰ ਫੋਲੋ ਕਰਨਾ ਹੈ ਠੀਕ ਹੈ ਤੇ ਟ੍ਰਾਫਿਕ ਲਾਈਟਾਂ ਦੇ ਖਰਾਬ ਹੋਣ ਦੀ ਨਿਸ਼ਾਨੀ ਹੁੰਦੀ ਹੈ ਕਿ ਜਾਂ ਤੇ ਤਿੰਨਾ ਵਿੱਚੋਂ ਕੋਈ ਲਾਈਟ ਨਹੀਂ ਬਲਦੀ ਹੁੰਦੀ ਤੇ ਜਾਂ ਪੀਲੀ ਲਾਈਟ ਚਮਕ ਕੇ ਮਾਰਦੀ ਹੁੰਦੀ ਹੈ ਸਿਮਾਫਰ ਬੰਦ ਹੋਵੇ ਜਾਂ ਪੀਲੀ ਲਾਈਟ ਚਮਕ ਕੇ ਮਾਰਦੀ ਹੋਵੇ ਐਦਾ ਮਤਲਬ ਹੈ ਕਿ ਸਿਮਾਫਰ ਕੰਮ ਨਹੀਂ ਕਰਦਾ ਪਿਆ ਜਾਂ ਸਿਮਾਫਰ ਖਰਾਬ ਹੈ ਤੇ ਜਦੋਂ ਸਿਮਾਫਰੋ ਕੰਮ ਨਾ ਕਰਦਾ ਹੋਵੇ ਜਾਂ ਸਿਮਾਫਰੋ ਖਰਾਬ ਹੋਵੇ ਠੀਕ ਹੈ ਉਦੋਂ ਅਸੀਂ ਸਾਈਨ ਬੋਰਡ ਨੂੰ ਫੋਲੋ ਕਰਨਾ ਹੈ ਠੀਕ ਹੈ ਇੱਕ ਚੀਜ਼ ਹੋਰ ਜੇ ਤੇ ਇੱਥੇ ਪੁਲਿਸ ਵਾਲਾ ਵੀ ਆ ਜੇ ਮਤਲਬ ਸਾਈਨ ਬੋਰਡ ਵੀ ਹੈ ਹੋਵੇ ਟ੍ਰੈਫਿਕ ਲਾਈਟਾਂ ਵੀ ਹੈ ਨੇ ਤੇ ਪੁਲਿਸ ਵਾਲਾ ਵੀ ਆ ਗਿਆ ਤੇ ਫਿਰ ਅਸੀਂ ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਨੇ ਉਦੋਂ ਅਸੀਂ ਸਾਈਨ ਬੋਰਡ ਨੂੰ ਛੱਡ ਦੇਣਾ ਮੈਂ ਸਿਮਾ ਫਰੋਨ ਨੂੰ ਛੱਡ ਦੇਣਾ ਮੈਂ ਅਸੀਂ ਉਹਦੀ ਗੱਲ ਮੰਨੀ ਐ ਜਿਹੜੀ ਗੱਲ ਸਾਨੂੰ ਟ੍ਰਾਫਿਕ ਪੁਲਿਸ ਵਾਲਾ ਕਹੇਗਾ ਯਾਦ ਰੱਖਿਓ ਸਭ ਤੋਂ ਪਹਿਲੀ ਗੱਲ ਹੁੰਦੀ ਐ ਸਭ ਤੋਂ ਜਿਹਦੀ ਜ਼ਿਆਦਾ ਵੈਲਿਊ ਐ ਜੀ ਉਹ ਵੈ ਪੁਲਿਸ ਵਾਲੇ ਦੀ ਪੁਲਿਸ ਵਾਲ ਤੋਂ ਬਾਅਦ ਵਿੱਚ ਸਿਮਾ ਫਰੋ ਦੀ ਤੇ ਸਿਮਾ ਫਰੋ ਤੋਂ ਬਾਅਦ ਵਿੱਚ ਸਾਈਨ ਬੋਰਡ ਦੀ ਠੀਕ ਐ ਪਹਿਲੀ ਗੱਲ ਪੁਲਿਸ ਵਾਲੇ ਦੀ ਮੰਨੀ ਐ ਉਸ ਤੋਂ ਬਾਅਦ ਸਿਮਾਫਰੋਦੀ ਉਸ ਤੋਂ ਬਾਅਦ ਸਾਈਨ ਬੋਰਡ ਦੀ ਠੀਕ ਹੈ ਐ ਕੋ ਲੋ ਅਸੀਂ ਸਟੱਡੀ ਕਰਨੀ ਹੈ ਜੀ ਪਹਿਲਾ ਸਵਾਲ ਹੈ ਕਹਿੰਦਾ ਇਨ ਪ੍ਰੈਜ਼ੈਂਸ ਹੁੰਦੇ ਆ ਦੱਲ ਸਨਿਆਲੇ ਸਿਗਨਲ ਦੇ ਰਾਫਿਬਰਾਤੋ ਜਿਹੜਾ ਸ਼ੋ ਕੀਤਾ ਜੀ ਇਹ ਦੱਲ ਸਿਮਾਫਰੋ ਤੇ ਸਿਮਾਫਰੋ ਦੇ ਆ ਤਰੇ ਲੂਚੀ ਤਿੰਨਾ ਲਟਾਂ ਵਾਲੇ ਸਿਮਾਫਰੋ ਤਿੰਨਾ ਬੱਤੀਆਂ ਵਾਲਾ ਜਿਹੜਾ ਗਿਆ ਵੈ ਕਹਿੰਦਾ ਅਭਿਆਮ ਸਾਨੂੰ ਹੈ ਲਾ ਪਰਿਚਦਾਂ ਸਾਂ ਪੈਲ ਸਾਡੀ ਪਹਿਲ ਹੈ ਸੇ ਇਹੇ ਸਿਮਾਫਰੋ ਜੇ ਤੇ ਸਿਮਾਫਰੋ ਦੀ ਐ ਆਲੂਚੇ ਵੇਰਦੇ ਸਿਮਾਫਰੋ ਦੀ ਹਰੀ ਬੱਤੀ ਆਤੇ ਕਹਿੰਦਾ ਜਦੋਂ ਐਸ ਸਾਈਨ ਬੋਰਡ ਲੱਗਾ ਹੋਵੇ ਨਾਲ ਸਿਮਾਫਰੋ ਦੇ ਤੇ ਕਹਿੰਦਾ ਸਾਡੀ ਪਹਿਲ ਹੈ ਮਤਲਬ ਅਸੀਂ ਜਾ ਸਕਦੇ ਆ ਜਦੋਂ ਕਿ ਸਿਮਾਫਰ ਉਦੀ ਗ੍ਰੀਨ ਲਾਈਟ ਬਲਦੀ ਪਈ ਹੈ ਤੇ ਠੀਕ ਆ ਜਾਰੀ ਗੱਲ ਹੈ ਲਾਈਟ ਗ੍ਰੀਨ ਹੈ ਤੇ ਉਹ ਸਾਨੂੰ ਕਹਿੰਦੀ ਹੈ ਕਿ ਅਸੀਂ ਜਾ ਸਕਨੇ ਆ ਠੀਕ ਹੈ ਸੋ ਅਸੀਂ ਜਾਣਾ ਵੈ ਕਿਉਂਕਿ ਸਿਮਾਫਰ ਉਹ ਕੰਮ ਕਰਦਾ ਪਿਆ ਹੈ ਅੱਗੇ ਚੱਲਦੇ ਹਾਂ ਜੀ ਸਵਾਲ ਨੰਬਰ 2 ਕਹਿੰਦਾ ਇਨ ਪ੍ਰੈਜ਼ੈਂਸ ਆ ਹੁੰਦਿਆਂ ਡੈਲ ਸਨਿਆਲੇ ਸਿਗਨਲ ਦੇ ਰਾਫੀ ਗੁਰਾਤੋ ਸ਼ੋਅ ਕੀਤੇ ਹੋਏ ਇਹ ਦਲ ਸਿਮਾਫਰੋ ਤੇ ਸਿਮਾਫਰੋ ਦੇ ਆਤਰੇ ਲੂਚੀ ਤਿੰਨ ਲਟਾਂ ਵਾਲੇ ਅਬਿਯਮ ਲਾ ਪ੍ਰਿਚਦੰਸਾ ਸਾਡੀ ਪਹਿਲ ਹੈ ਸੇ ਇਲ ਸਿਮਾਫਰੋ ਐਸ ਪੈਂਤੋ ਸਪੈਂਤੋ ਹੁੰਦਾ ਬੰਦ ਹੋਣਾ ਜੇ ਤੇ ਟ੍ਰੈਫਿਕ ਲਟਾਂ ਬੰਦ ਨੇ ਤੇ ਕਹਿੰਦਾ ਵਾ ਹੁੰਦਿਆਂ ਸਿਗਨਲ ਦੇ ਸਾਡੀ ਪਹਿਲ ਹੈ ਦੇਖੋ ਜੀ ਜੇ ਤੇ ਸਿਮਾਫਰੋ ਕੰਮ ਨਹੀਂ ਕਰਦਾ ਪਿਆ ਤੇ ਅਸੀਂ ਫਿਰ ਗੱਲ ਅਸੀਂ ਫਿਰ ਦੇਖਾਂਗੇ ਸਾਈਨ ਬੋਰਡ ਨੂੰ ਤੇ ਸਾਈਨ ਬੋਰਡ ਕੀ ਕਹਿੰਦਾ ਵੈ ਸਾਈਨ ਬੋਰਡ ਕਹਿੰਦਾ ਹੈ ਕਿ ਸਾਡੀ ਪਹਿਲ ਹੈ ਤੰਗੀ ਤੰਗੀ ਵਾਲੀ ਜਗ੍ਹਾ ਤੋਂ ਅਸੀਂ ਜਾ ਸਕਦੇ ਹਾਂ ਕਿਉਂਕਿ ਸਾਨੂੰ ਪਹਿਲ ਮਿਲਣੀ ਹੈ ਅਸੀਂ ਪਹਿਲ ਦੇ ਨਹੀਂ ਨਹੀਂ ਤੇ ਸਵਾਲ ਨੰਬਰ 2 ਚ ਨੇ ਇਹੀ ਗੱਲ ਕੀਤੀ ਹੈ ਕਿ ਜਦੋਂ ਸਿਮਾਫਰੋ ਬੰਦ ਹੋਏਗਾ ਉਦੋਂ ਸਾਡੀ ਪਹਿਲ ਹੈ ਅਗੇ ਸਵਾਲ ਨੰਬਰ 3 ਹੈ ਜੀ ਕਹਿੰਦਾ ਇਨ ਪ੍ਰੇਜ਼ੈਂਸਾ ਦਲ ਸੁਨਿਆਲੇ ਇਨ ਪ੍ਰੇਜ਼ੈਂਸਾ ਦਲ ਸੁਨਿਆਲੇ ਹੁੰਦਿਆਂ ਸਿਗਨਲ ਦੇ ਰਾਫਿਗਰਾਤੋ ਜਿਹੜਾ ਸ਼ੋਅ ਕੀਤਾ ਜੀ ਇਹ ਦਲ ਸਿਮਾਫਰੋ ਤੇ ਨਾਲ ਸਿਮਾਫਰੋ ਦੇ ਆਤਰੇ ਲੂਚੀ ਤਿੰਨਾਂ ਬੱਤੀਆਂ ਵਾਲੇ ਅਬਿਆਮੋ ਲਾ ਪਰਿਚਦਾਂਸਾ ਸਾਡੀ ਪਹਿਲ ਐ ਸੇ ਇਲ ਸਿਮਾਫਰੋ ਜੇ ਤੇ ਸਿਮਾਫਰੋ ਐ ਆਲੂਚੇ ਜਾਲਾ ਜਿਤ ਸਿਮਾ ਫਰੋਦੀ ਲਾਈਟ ਜਲ ਹੋਵੇ ਲੰਪੇ ਜਾਂਤੇ ਚਮਕ ਕੇ ਮਾਰੰਡੀ ਹੈ ਜਿਤ ਸਿਮਾ ਫਰੋਦੀ ਲਾਈਟ ਚਮਕ ਕੇ ਮਾਰਦੀ ਹੈ ਤੇ ਸਾਡੀ ਪਹਿਲ ਹੈ ਕਿਉਂਕਿ ਸਿਮਾ ਫਰੋ ਕੰਮ ਨਹੀਂ ਕਰਦਾ ਪਿਆ ਸੋ ਅਸੀਂ ਸਾਈਨ ਬੋਰਡ ਨੂੰ ਦੇਖਾਂਗੇ ਤੇ ਸਾਈਨ ਬੋਰਡ ਕਹਿੰਦਾ ਕਿ ਅਸੀਂ ਜਾ ਸਕਦੇ ਹਾਂ ਤੇ ਸਵਾਲ ਨੰਬਰ 3 ਚ ਨੇ ਆਹੀ ਗੱਲ ਕੀਤੀ ਹੈ ਕਿ ਹੁੰਦਿਆਂ ਸਿਗਨਲ ਦੇ ਸਾਡੀ ਪਹਿਲ ਹੈ ਜਦੋਂ ਕਿ ਸਿਮਾਫਰ ਦੀ ਪੀਲੀ ਲਾਈਟ ਚਮਕ ਕੇ ਮਾਰਦੀ ਹੋਵੇ ਅੱਗੇ ਨਾ ਸਵਾਲ ਨੰਬਰ 4 ਜੀ ਕਹਿੰਦਾ ਇਨ ਪ੍ਰੈਜ਼ੈਂਸ ਆ ਹੁੰਦਿਆਂ ਦੈਲ ਸਿਗਨਲ ਦੇ ਔਰ ਆਫ ਬਰਾਤੋ ਜਿਹੜਾ ਸ਼ੋ ਕੀਤਾ ਹੁੰਦਿਆਂ ਸਿਗਨਲ ਦੇ ਜਿਹੜਾ ਸਿਗਨਲ ਸ਼ੋ ਕੀਤਾ ਜੀ ਇਹ ਦੈਲ ਸਿਮਾਫਰ ਤੇ ਨਾਲ ਸਿਮਾਫਰ ਦੇ ਆ ਤਰੇਲੂਚੀ ਤਿੰਨਾਂ ਲਾਟਾਂ ਵਾਲੇ ਅਭਿਆਮੋ ਲਾ ਪਰੇਚ ਡਾਂਸਾ ਸਾਡੀ ਪਹਿਲ ਐ ਸੇ ਇਲ ਸਮਾਫਰੋ ਜੇ ਤੇ ਸਮਾਫਰੋ ਐ ਆ ਲੂਚੇ ਰੋਸਾ ਜੇ ਤੇ ਸਮਾਫਰੋ ਦੀ ਲਾਲ ਬਤੀਏ ਤੇ ਕਹਿੰਦਾ ਕਿ ਹੁੰਦਿਆਂ ਸਿਗਨਲ ਦੇ ਸਾਡੀ ਪਹਿਲ ਐ ਜਦੋਂ ਸਮਾਫਰੋ ਦੀ ਲਾਲ ਬਤੀਆ ਮਾ ਲਜੈਂਟ ਬਟ ਏਜੈਂਟ ਦੱਲੇ ਟ੍ਰਾਫੀਕੋ ਟ੍ਰਾਫਿਕ ਆਲਾ ਬਟ ਏਜੈਂਟ ਪੁਲਿਸ ਆਲਾ ਚੀਅਰ ਦਿਨਾ ਸਾਨੂੰ ਆਰਡਰ ਦਵੇ ਦੀ ਪਸਾਰੇ ਨੰਗਨ ਦਾ ਹੁੰਦਿਆਂ ਸਿਗਨਲ ਦੇ ਤਿੰਨਾਂ ਲਾਟਾਂ ਵਾਲੇ ਕਹਿੰਦਾ ਕਿ ਸਾਡੀ ਪਹਿਲ ਹੈ ਜੇ ਤੇ ਸਮਾਫ ਰੋਦੀ ਰੈੱਡ ਲਾਈਟ ਹੋਵੇ ਬਟ ਏਜੈਂਟ ਟ੍ਰਾਫਿਕ ਆਲਾ ਸਾਨੂੰ ਆਰਡਰ ਦਵੇ ਪਾਸ ਕਰਨ ਦੇ ਠੀਕ ਹੈ ਜੀ ਜਦੋਂ ਕਹਿੰਦਾ ਵੈ ਕਹਿੰਦਾ ਹੁੰਦਿਆਂ ਸਿਗਨਲ ਦੇ ਜਦੋਂ ਸਿਗਨਲ ਚੱਲਦਾ ਹੋਵੇ ਤਿੰਨਾ ਲਟਾਂ ਵਾਲਾ ਠੀਕ ਹੈ ਜੀ ਜਦੋਂ ਕਿ ਲਾਈਟ ਰੈੱਡ ਹੋਵੇ ਤੇ ਕਹਿੰਦਾ ਪੁਲਿਸ ਵਾਲਾ ਸਾਨੂੰ ਆਰਡਰ ਦਵੇ ਪਾਸ ਕਰਨ ਦਾ ਤੇ ਕਹਿੰਦਾ ਉਦੋਂ ਸਾਡੀ ਪਹਿਲ ਹੈ ਅਸੀਂ ਜਾ ਸਕਦੇ ਹਾਂ ਠੀਕ ਹੈ ਸਵਾਲ ਨੰਬਰ 5 ਕਹਿੰਦਾ ਇਨ ਪ੍ਰੈਜ਼ੈਂਸਾ ਹੁੰਦਿਆਂ ਦੈਲਸ ਨਿਆਲੇ ਸਿਗਨਲ ਦੇ ਰਾਫੀ ਬਰਾਤੋ ਸ਼ੋਅ ਕੀਤੇ ਹੋਏ ਇਹ ਦੈਲ ਸਿਮਾਫਰੋ ਤੇ ਨਾਲ ਸਿਮਾਫਰੋ ਦੇ ਆ ਤਰੇ ਲੂਚੀ ਤਿੰਨ ਬੱਤੀਆਂ ਵਾਲੇ ਦੋ ਬਿਆਮੋ ਦਾਰੇ ਅਸੀਂ ਦੇ ਨਾਵੇਂ ਲਾ ਪ੍ਰਿਚਦੰਸਾ ਪੈਲ ਅਸੀਂ ਪ੍ਰਿਚਦੰਸਾ ਦੇ ਨਾਵੇਂ ਸੇਲ ਸਿਮਾਫਰੋ ਜੇ ਤੇ ਸਿਮਾਫਰੋ ਸਪੈਂਟੋ ਬੰਦ ਹੋਵੇ ਇਹ ਲਾਜੈਂਤੇ ਡੈਲ ਟਰੈਫੀਕੋ ਬਟ ਪੁਲਿਸ ਆਲਾ ਚਿਓਰਦੀਨਾ ਸਾਨੂੰ ਆਰਡਰ ਦਵੇ ਦੀ ਫਰਮਾਰਚੀ ਖਲੋਨ ਦਾ ਸਵਾਲ ਨੰਬਰ 5 ਵਿੱਚ ਉਹਨੇ ਗੱਲ ਕੀਤੀ ਹੈ ਕਹਿੰਦਾ ਹੁੰਦਿਆਂ ਸਿਗਨਲ ਦੇ ਜਦੋਂ ਸਿਮਾਫਰੋ ਲੱਗਾ ਹੋਵੇ ਤੇ ਸਿਮਾਫਰੋ ਬੰਦ ਹੋਵੇ ਸਪੈਂਟੋ ਹੋਵੇ ਪੁਲਿਸ ਵਾਲਾ ਸਾਨੂੰ ਆਰਡਰ ਦੇਵੇ ਖਲੋਣ ਦਾ ਕਹਿੰਦਾ ਉਦੋਂ ਅਸੀਂ ਖਲੋ ਕੇ ਪਹਿਲ ਦੇਣੀ ਹੈ ਠੀਕ ਹੈ ਸੋ ਸਵਾਲ ਨੰਬਰ 5 ਵਿੱਚ ਉਹਨੇ ਗੱਲ ਕੀਤੀ ਹੈ ਕਹਿੰਦਾ ਹੁੰਦਿਆਂ ਸਿਗਨਲ ਦੇ ਜਦੋਂ ਕਿ ਸਿਮਾਫ ਰੋ ਬੰਦ ਹੋਵੇ ਬਟ ਪੁਲਿਸ ਵਾਲਾ ਸਾਨੂੰ ਆਰਡਰ ਦੇਵੇ ਖਲੋਣ ਦਾ ਕਹਿੰਦਾ ਉਦੋਂ ਅਸੀਂ ਖਲੋਣਾ ਹੈ ਅਸੀਂ ਖਲੋ ਕੇ ਪਹਿਲ ਦੇਣੀ ਹੈ ਠੀਕ ਹੈ ਜੀ ਇਥੇ ਯਾਦ ਰੱਖਿਓ ਕਿ ਦਬਿਆਮੋਂ ਅਸੀਂ ਦੇਣਾ ਹੈ ਅਭਿਆਮੋਂ ਸਾਨੂੰ ਮਿਲਣਾ ਹੈ ਠੀਕ ਹੈ ਜੀ ਇਹ ਫਰਕ ਯਾਦ ਰੱਖਿਓ ਕਿ ਕਦੋਂ ਪਹਿਲ ਮਿਲਣੀ ਹੈ ਤੇ ਕਦੋਂ ਪਹਿਲ ਦੇਣੀ ਹੈ ਠੀਕ ਹੈ ਅੱਗੇ ਚਲਦੇ ਹਾਂ ਜੀ ਸੈਕਿੰਡ ਪਾਰਟ 45 ਸਾਈਨ ਬੋਰਡ ਦਾ ਜੇ ਤੇ ਹੁਣ ਐਸ ਸਾਈਨ ਬੋਰਡ ਲੱਗਾ ਹੋਵੇ ਸਿਮਾਫ ਰੋ ਨਾਲ ਤੇ ਅਸੀਂ ਕੀ ਕਰਨਾ ਹੈ ਪਹਿਲਾ ਸਵਾਲ ਹੈ ਜੀ ਕਹਿੰਦਾ ਇਨ ਪ੍ਰੈਜ਼ੈਂਸਾ ਦਲ ਸੁਨਿਆਲੇ ਹੁੰਦਿਆਂ ਸਿਗਨਲ ਦੇ ਰਾਫਿ ਗੁਰਾਤੋ ਜਿਹੜਾ ਸ਼ੋਅ ਕੀਤਾ ਜੀ ਇਹ ਦਲ ਸਿਮਾਫਰੋ ਤੇ ਨਾਲ ਸਿਮਾਫਰੋ ਦੇ ਆ ਤਰੇਲੂਚੀ ਤਿੰਨ ਲਟਾਂ ਵਾਲੇ ਅਬਿਆਮ ਲਾ ਪ੍ਰਿਚਦੰਸਾ ਸਾਡੀ ਪੈਲ ਹੈ ਅਬਿਆਮ ਮਤਲਬ ਸਾਨੂੰ ਮਿਲਣਾ ਹੈ ਦੇ ਜਾਂਦਾ ਪਹਿਲ ਸੇ ਇਲ ਸਿਮਾਫਰੋ ਜੇਤੇ ਸਿਮਾਫਰੋ ਐ ਆਲੂ ਚੇ ਵਰਦੇ ਜਦੋਂ ਕਿ ਸਿਮਾਫਰੋ ਦੀ ਲਾਈਟ ਗ੍ਰੀਨ ਹੈ ਠੀਕ ਹੈ ਹੁੰਦਿਆਂ ਸਿਗਨਲ ਦੇ ਕਹਿੰਦਾ ਕਿ ਸਾਨੂੰ ਪਹਿਲ ਮਿਲਣੀ ਹੈ ਜਦੋਂ ਕਿ ਸਿਮਾਫਰੋ ਦੀ ਲਾਈਟ ਗ੍ਰੀਨ ਹੈ ਕਿਉਂਕਿ ਜੇਤੇ ਸਿਮਾਫਰੋ ਚੱਲਦਾ ਪਿਆ ਹੋਵੇ ਤੇ ਅਸੀਂ ਸਾਈਨ ਬੋਰਡ ਨੂੰ ਨਹੀਂ ਦੇਖਣਾ ਅਸੀਂ ਸਿਮਾਫਰ ਨੂੰ ਦੇਖਣਾ ਹੈ ਸੋ ਸਿਮਾਫਰ ਗ੍ਰੀਨ ਹੈ ਸਾਡੀ ਪਹਿਲ ਹੈ ਅੱਗੇ ਚਲਦੇ ਹਾਂ ਜੀ ਸਵਾਲ ਨੰਬਰ 2 ਤੇ ਕਹਿੰਦਾ ਇਨ ਪ੍ਰੈਜ਼ੈਂਸਾ ਦੈਲ ਸਨੀਆਲੇ ਹੁੰਦਿਆਂ ਸਿਗਨਲ ਦੇ ਰਾਫਿਗੁਰਾਤੋ ਜਿਹੜਾ ਸ਼ੋਅ ਕੀਤਾ ਜੀ ਇਹ ਦੈਲ ਸਿਮਾਫਰੋ ਆ ਤਰੇਲੂਚੀ ਤੇ ਨਾਲ ਸਿਮਾਫਰੋ ਦੇ ਤਿੰਨਾਂ ਲਾਟਾਂ ਵਾਲੇ ਦੋਬੀਆਮੋ ਦਾਰੇ ਅਸੀਂ ਦੇ ਨਾਮ ਹੈ ਜੀ ਲਾ ਪ੍ਰਿਚਦੈਂਸਾ ਪੈਲ ਸੇ ਇਲ ਸਿਮਾਫਰ ਐਸ ਪੈਨਟੋ ਜਦੋਂ ਕਿ ਸਿਮਾਫਰ ਬੰਦ ਹੈ ਹੁੰਦਿਆਂ ਸਿਗਨਲ ਦੇ ਦੋ ਬਿਆਮੋ ਅਸੀਂ ਦੇ ਨਾਵੇਂ ਪ੍ਰਿਚਦੈਂਸਾ ਪੈਲ ਜੇ ਸਿਮਾਫਰ ਬੰਦ ਹੈ ਠੀਕ ਹੈ ਅਗਰ ਸਵਾਲ ਨੰਬਰ 10 ਹੈ ਜੀ ਤਿੰਨ ਪ੍ਰਿਜ਼ੈਂਸਾ ਦਲਸ ਨਿਆਲੇ ਔਰ ਆਫਿਗੁਰਾਤੋ ਇਹ ਦਲ ਸਿਮਾਫਰ ਆ ਤਰੇਲੂਚੀ ਹੁੰਦਿਆਂ ਸਿਗਨਲ ਦੇ ਜਦੋਂ ਕਿ ਸਿਮਾਫਰ ਹੋਵੇ ਤਿੰਨ ਲਟਾਂ ਵਾਲਾ ਦੋਬੀਆ ਮੋ ਦਾਰੇ ਅਸੀਂ ਦੇ ਨਾਮ ਜੀ ਲ ਪ੍ਰਚਦਾਂ ਦਾ ਪੈਲ ਸੇ ਇਲ ਸੇ ਮਾਫਰੋ ਜੇ ਤੇ ਸੇ ਮਾਫਰੋ ਐ ਆਲੂਚੇ ਜੇ ਤੇ ਸੇ ਮਾਫਰੋ ਦੀ ਲਾਈਟ ਹੈ ਜੀ ਲੰਪੇ ਜਾਂਤੇ ਚਮਕ ਕੇ ਮਾਰਦੀ ਜਾਲਾ ਯੈਲੋ ਕਲਰ ਦੀ ਜੇ ਤੇ ਸੇ ਮਾਫਰੋ ਦੀ ਪੀਲੀ ਲਾਈਟ ਚਮਕ ਕੇ ਮਾਰਦੀ ਪਈ ਹੈ ਤੇ ਕਹਿੰਦਾ ਵਾ ਉਦੋਂ ਵੀ ਅਸੀਂ ਖਲੋ ਕੇ ਪਹਿਲ ਦੇ ਨਹੀਂ ਹੈ ਠੀਕ ਹੈ ਕਿਉਂਕਿ ਸਿਮਾਫਰ ਉਦੀ ਪੀਲੀ ਲਾਈਟ ਚ ਮੱਕੇ ਮਾਰੰਡੀ ਹੈ ਇਹਦਾ ਮਤਲਬ ਹੈ ਕਿ ਸਿਮਾਫਰ ਕੰਮ ਨਹੀਂ ਕਰਦਾ ਪਿਆ ਤੇ ਜਦੋਂ ਸਿਮਾਫਰ ਕੰਮ ਨਹੀਂ ਕਰਦਾ ਪਿਆ ਉਦੋਂ ਅਸੀਂ ਦੇਖਣਾ ਹੈ ਸਾਈਨ ਬੋਰਡ ਨੂੰ ਤੇ ਸਾਈਨ ਬੋਰਡ ਕਹਿੰਦਾ ਕਿ ਅਸੀਂ ਪਹਿਲ ਦੇਣੀ ਹੈ ਸੋ ਅਸੀਂ ਪਹਿਲ ਦਾਂਗੇ ਠੀਕ ਹੈ ਸਵਾਲ ਨੰਬਰ 4 ਹੈ ਜੀ ਕਹਿੰਦਾ ਇਨ ਪ੍ਰੈਜ਼ੈਂਸ ਆ ਦੈਲ ਸੁਨਿਆਲੇ ਹੁੰਦਿਆਂ ਸਿਗਨਲ ਦੇ ਰਾਫ ਗਰਾਤੋ ਜਿਹੜਾ ਸ਼ੋ ਕੀਤਾ ਜੀ ਇਹ ਦੈਲ ਸਿਮਾਫਰੋ ਤੇ ਨਾਲ ਸਿਮਾਫਰੋ ਦੇ ਆ ਤਰੇ ਲੂਚੀ ਤਿੰਨਾਂ ਲਾਟਾਂ ਵਾਲੇ ਅਬਿਆਮ ਲਾ ਪ੍ਰੇਚ ਦੈਂਸਾ ਸਾਡੀ ਪਹਿਲ ਹੈ ਜੀ ਸੇ ਇਲ ਸਿਮਾਫਰੋ ਜੇ ਤੇ ਸਿਮਾਫਰੋ ਐ ਆ ਲੂਚੇ ਰੋਸਾ ਜੇ ਤੇ ਸਿਮਾਫਰੋ ਦੀ ਲਾਲ ਬੱਤੀ ਹੈ ਮਾ ਲਾ ਜੈਂਤੇ ਦਲ ਟ੍ਰਾਫੀਕੋ ਬਟ ਪੁਲਿਸ ਵਾਲਾ ਚਿਓਰਦੀਨਾ ਸਾਨੂੰ ਆਰਡਰ ਦਵੇ ਦੀ ਪਸਾਰੇ ਨੰਗਨ ਦੇ ਕਹਿੰਦਾ ਹੁਣ ਦਿਆਂ ਸਿਗਨਲ ਦੇ ਤਿੰਨਾ ਬੱਤੀਆਂ ਵਾਲੇ ਜਦੋਂ ਕਿ ਸਿਮਾ ਫਰੋਦੀ ਲਾਈਟ ਰੈੱਡ ਹੋਵੇ ਬਟ ਪੁਲਿਸ ਵਾਲਾ ਸਾਨੂੰ ਆਖੇ ਨੰਗਨ ਦਾ ਉਦੋਂ ਕਹਿੰਦਾ ਸਾਡੀ ਪਹਿਲ ਹੈ ਅਸੀਂ ਜਾ ਸਕਦੇ ਹਾਂ ਕਿਉਂਕਿ ਸਾਨੂੰ ਪੁਲਿਸ ਵਾਲਾ ਕਹਿਣ ਰਿਹਾ ਜਾਣ ਨੂੰ ਠੀਕ ਹੈ ਜੀ ਐਕ ਲੋ ਅਗASSI ਐਸ ਜੀ ਆਪਣਾ ਚੈਪਟਰ ਨੰਬਰ 3 ਜਿਹੜਾ ਕਿ ਕੰਪਲੀਟ ਹੋ ਗਿਆ ਵਾ